ਮਲਵਾਇਸਤ ਸਬਾ ਬਰਣਾਲਾ ਵੱਲੋਂ ਸਥਾਨਕ ਆਈਟੀਆਈ ਵਿਕੇ ਜੜਾ ਇੱਕ ਸਮਾਗਮ ਦਾ ਆਯੋਜਨ ਕਰਵਾਇਆ ਗਿਆ ਜਿਸ ਦੇ ਵਿੱਚ ਉਗੇ ਸਹਿਦਕਾਰਾਂ ਅਤੇ ਆਲੋਚਕਾਂ ਵਿੱਚ ਵੱਲੋਂ ਜਿਹੜੀ ਐ ਸ਼ਿਰਕਤ ਕੀਤੀ ਗਈ ਹੈ ਇਸ ਮੌਕੇ ਤੇ ਲੇਖਕ ਜਗਰਾਜ ਭੋਲਾ ਦੇ ਵੱਲੋਂ ਜਿਹੜਾ ਐ ਸ਼ਿਰਕਤ ਕੀਤੀ ਗਈ ਹੈ ਤੇ ਹੋਰ ਵੀ ਕਈਆਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਦੱਸਦੀ ਹੈ ਕਿ ਇਸ ਮੌਕੇ ਤੇ ਵਕਫ ਵਕ ਲੇਖਕਾਂ ਅਤੇ ਸਹਿਦਕਾਰਾਂ ਨੇ ਇਸ ਗੀਤ ਸੰਗ੍ਰਹਿ ਉੱਪਰ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਨੇ ਇਸ ਮੌਕੇ ਤੇ ਸਿਹਤ ਸਵਾ ਦੇ ਵੱਲੋਂ ਕਈ ਕਰਵਾਰ ਵੀ ਲਿਖਾਇਆ ਗਿਆ ਹੈ ਸੋ ਇਸ ਦੇ ਵਿੱਚ ਕਵੀਆਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਨੇ ਤੇ ਲੇਖਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਬਰਨਾਲਾ ਤੋਂ ਇਹ ਖਬਰ ਸਾਹਮਣੇ ਆਈ ਹੈ ਲੇਖਕਾਂ ਨੂੰ ਜਿਹੜਾ ਇੱਕ ਸਮਾਗਮ ਦੇ ਦੌਰਾਨ ਸਨਮਾਨਿਤ ਕੀਤਾ ਗਿਆ ਹੈ ਇੱਕ ਸਮਾਗਮ ਦਾ ਬਰਨਾਲਾ ਦੇ ਵਿੱਚ ਆਯੋਜਨ ਕਰਾਇਆ ਗਿਆ ਸੀ ਲੇਖਕਾਂ ਨੂੰ ਉੱਗੇ ਸਹਿਦਕਾਰਾਂ ਨੇ ਜਿਹੜੀ ਹੈ ਲੇਖਕਾਂ ਤੇ ਉੱਗੇ ਸਹਿਦਕਾਰਾਂ ਦੇ ਵੱਲੋਂ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਗਈ ਤੇ ਲੇਖਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ